ਜਰਮਜੀਤ ਫੀਡਰ ਉੱਤੇ ਕੰਮ ਕਰ ਰਹੇ ਸੀ, ਕਰਦੇ ਕਰਦੇ ਜਦੋਂ ਵਾਪਸੀ ਕਰੰਟ ਆਇਆ, ਬਾਈਆ ਸਿੰਘ ਨੂੰ ਲੈਟ ਦਾ ਝਟਕਾ ਵੱਜਿਆ ਅਤੇ ਅਸੀਂ ਚੈੱਕ ਕਰਨ ਲਈ ਗਏ ਅਤੇ ਗਾਹਾਂ ਜਦੋਂ ਜਾ ਕੇ ਕੁਲਦੀਪ ਸਿੰਘ ਦੇ ਘਰ ਪਹੁੰਚੇ, ਉਹਦੇ ਕੁੰਡੀ ਲੱਗੀ ਹੋਈ ਸੀ ਜਿਸ ਕਾਰਨ ਕਿ ਵਾਪਸੀ ਕਰੰਟ ਆਇਆ। ਅਸੀਂ ਆਖਿਆ ਵੀ ਇਹ ਗਲਤ ਆ ਕੰਮ, ਉਹਨਾਂ ਨੇ ਸਾਡੇ ਨਾਲ ਬੁਰਾ ਵਿਹਾਰ ਕੀਤਾ, ਨਾ ਕੁੱਟਮਾਰ ਕੀਤੀ, ਮੋਬਾਈਲ ਖੋਇਆ ਗਿਆ ਸਾਡਾ। ਠੀਕ ਹੈ ਪਾਲ ਸਿੰਘ ਜੀ, ਕੱਲ੍ਹ ਸਾਡੇ ਬਿਜਲੀ ਬੋਰਡ ਦੇ ਕਰਮਚਾਰੀ ਸੰਘਾ ਪਿੰਡ ਵਿੱਚ ਗਏ, ਉਹਨਾਂ ਨੂੰ ਕਰੰਟ ਲੱਗਿਆ ਅਤੇ ਉਹਨਾਂ ਨੇ ਕੁੰਡੀ ਚੈੱਕ ਕੀਤੀ, ਕੁੰਡੀ ਲੱਗੀ ਹੋਈ ਸੀ। ਇਹਨਾਂ ਨੇ ਕਿਹਾ ਵੀ ਸਾਡੀ ਜਾਨੀ ਵਾਲੀ ਨੁਕਸਾਨ ਹੋ ਸਕਦਾ ਸੀ, ਪਰ ਉਹ ਲੋਕ ਇਹਨਾਂ ਦੇ ਗਲ ਪੈ ਗਏ, ਗਲ 'ਤੇ ਇਹਨਾਂ ਗਾਲੀ ਗਲੋਚ ਵੀ ਕੀਤਾ, ਕੁੱਟਮਾਰ ਕੀਤੀ, ਅਤੇ ਇਸ ਕਰਕੇ ਅਸੀਂ ਪੁਲਿਸ ਪ੍ਰਸ਼ਾਸਨ ਵਿੱਚ ਸ਼ਿਕਾਇਤ ਵੀ ਦਰਜ ਕਰਵਾਈ, ਉਹਨਾਂ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ। ਸਾਡਾ ਅੱਜ ਸਵੇਰ ਤੋਂ ਕੰਮ ਬੰਦ ਹੈ ਅਤੇ ਜਿੰਨਾ ਚਿਰ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ, ਪੁਲਿਸ ਉਹਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕਰਦੀ, ਸਾਡਾ ਕੰਮ ਬੰਦ ਰਹੂਗਾ। ਸਾਡੇ ਜਗਸੀਰ ਸਿੰਘ ਅਤੇ ਵਾਹੀਆ ਸਿੰਘ ਜੀ, ਦੋ ਬੰਦੇ ਜਿਹੜੇ ਬਿਜਲੀ ਮੁਲਾਜ਼ਮ ਉੱਥੇ ਸੰਘੇ ਕੰਮ ਕਰਦੇ ਆ, ਇਹ ਆਪਦੀ ਡਿਊਟੀ ਦੌਰਾਨ ਬਿਜਲੀ ਸਪਲਾਈ ਠੀਕ ਕਰਨ ਗਏ ਸੀ ਅਤੇ ਬਿਜਲੀ ਸਪਲਾਈ ਬੰਦ ਕਰਾਈ ਹੋਈ ਸੀਗੀ। ਜਿਹੜੇ ਫੀਡਰ ਬੰਦ ਕਰਾਈ ਹੋਈ ਸੀਗੀ ਉਹ ਮਤਲਬ ਕਿ UPS ਫੀਡਰ ਸੀਗਾ, ਅਤੇ ਇਹਨਾਂ ਨੇ ਜੋ ਦੇਖਿਆ ਤਾਂ ਉਹਦੇ ਵਿੱਚ ਲਾਈਟ ਦਾ ਕਰੰਟ ਆ ਰਿਹਾ ਸੀ, ਅਤੇ ਇਹਨਾਂ ਨੇ ਉਸ ਚੀਜ਼ ਨੂੰ ਬਚਿਆ ਵੀ ਲਾਈਟ ਦਾ ਕਰੰਟ ਕਿੱਥੋਂ ਆ ਰਿਹਾ, ਅਤੇ ਜਾ ਕੇ ਜਦੋਂ ਦੇਖਿਆ ਤਾਂ ਉਹਨਾਂ ਨੇ ਮੋਟਰਾਂ ਦੀ ਲਾਈਨ ਨਾਲ 24 ਘੰਟੇ ਲਾਈਨ ਜੋੜ ਕੇ ਸਪਲਾਈ ਲੈ ਰਹੇ ਸੀਗੇ, ਅਤੇ ਜਿਹਦੇ ਕਰਕੇ ਇਹਨਾਂ ਨੂੰ ਸ਼ਾਰਟ ਵੀ ਲੱਗਿਆ। ਅੱਜ ਤੋਂ ਕੁਝ ਦਿਨ ਪਹਿਲਾਂ ਵੀ ਸਾਡੀ ਦੇ ਵਿੱਚ ਇਸ ਤਰ੍ਹਾਂ ਇੱਕ ਵਿਅਕਤੀ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ, ਜਿਸ ਕਰਕੇ ਸਦਮੇ 'ਚ ਜੇ ਉੱਠੇ ਨਹੀਂ ਸੀ ਕਿ ਦੂਜਾ ਸਦਮਾ ਸਾਡੀ ਵਾਪਰ ਗਿਆ। ਇਸ ਵਾਸਤੇ ਜੇ ਇਹੋ ਜਿਹੇ ਸਦਮੇ ਵਾਪਰਨਗੇ ਤਾਂ ਲੋਕ ਇਹ ਜਿਹੜੇ ਮੁਲਾਜ਼ਮ ਨੇ ਇਹ ਨੌਕਰੀਆਂ ਕਿਵੇਂ ਕਰਨਗੇ। ਇਹਨਾਂ ਲੋਕਾਂ ਨੂੰ ਹਟਾਉਣ ਦੀ ਬਜਾਏ ਜਦੋਂ ਸਾਡੇ ਕਰਮਚਾਰੀ ਗਏ ਤਾਂ ਉਹਨਾਂ ਨਾਲ ਇਹਨਾਂ ਨੇ ਆਪਦੀ ਗਲਤੀ ਮੰਨਣ ਦੀ ਬਜਾਏ ਇਹਨਾਂ ਸਾਡੇ ਮੁਲਾਜ਼ਮਾਂ ਨੂੰ ਕੁੱਟਣਾ, ਬੁਰਾ ਪੈਣਾ, ਅਤੇ ਇਹਨਾਂ ਤੋਂ ਮੋਬਾਈਲ ਵਗੈਰਾ ਖੋਇਆ ਹੈਗਾ, ਜਿਹਦੇ ਅਰਥ ਇਹਨਾਂ ਦੁਰਵਿਵਹਾਰ ਕੀਤਾ ਹੈਗਾ, ਅਸੀਂ ਪੁਲਿਸ ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਹੈਗਾ, ਹਜੇ ਤੱਕ ਕੋਈ ਕਾਰਵਾਈ ਨਹੀਂ ਹੋਈਗੀ। ਅਸੀਂ ਚਾਹੁੰਦੇ ਹਾਂ ਵੀ ਇਹਨਾਂ ਉੱਤੇ ਡਿਊਟੀ ਵਿਘਨ ਪਾਉਣ ਦੀ ਜਿਹੜੀ ਧਾਰਾ ਹੀ ਲਾ ਕੇ ਇਹਨਾਂ ਜਿਹੜੇ ਦੋਸ਼ੀ ਆ ਇਹਨਾਂ ਨੂੰ ਅੰਦਰ ਡੱਕਿਆ ਜਾਵੇ। ਇਹ ਜਿੰਨਾ ਚਿਰ ਨਾ ਡੱਕਣਗੇ, ਇਹਦੇ ਮੁਲਾਜ਼ਮਾਂ ਸੰਘਰਸ਼ ਆ, ਇਹ ਅਸੀਂ ਤਿੱਖਾ ਕਰਾਂਗੇ। ਇਹ ਸਾਬਲਿੰਗ ਤੱਕ ਨਾ ਲੰਬੜਿਆ, ਅਸੀਂ ਡੀਵੀ ਪੱਧਰ ਤੱਕ ਲਿਆਵਾਂਗੇ, ਡੀਵੀ ਪੱਧਰ ਦੇ ਨਾਲ ਲੰਬਿਆ ਤਾਂ ਇਹਨੂੰ ਸਰਕਲ ਤੱਕ ਲਿਆਵਾਂਗੇ। ਸਰਕਲ ਦੇ ਨਾਲ ਮਾਨਸਾ ਅਤੇ ਦੋ ਬਠਿੰਡਾ ਦੋ ਜ਼ਿਲ੍ਹੇ ਇਫੈਕਟ ਹੋਣਗੇ, ਜਿਹਦੀ ਜ਼ਿੰਮੇਵਾਰੀ ਇੱਥੋਂ ਦੇ ਪੁਲਿਸ ਪ੍ਰਸ਼ਾਸਨ ਦੀ ਅਤੇ ਸੰਬੰਧਿਤ ਪ੍ਰਸ਼ਾਸਨ ਦੀ ਅਤੇ ਪਾਵਰ ਕੌਮ ਦੇ ਅਧਿਕਾਰੀਆਂ ਦੀ ਹੋਊਗੀ। ਅਸੀਂ ਇਹ ਸਾਡੇ ਦੋ ਮੁਲਾਜ਼ਮ ਸੀ ਸੰਘੇ, ਉਹ ਬੈਕ ਫੀਡਿੰਗ ਆ ਰਹੀ ਸੀ ਸਪਲਾਈ ਦੀ, ਉਹਨੂੰ ਚੈੱਕ ਕਰਦੇ ਕੰਜ਼ੂਮਰਾਂ ਦੇ ਗਏ ਆ, ਉੱਥੇ ਕੰਜ਼ੂਮਰਾਂ ਨੇ ਨਾ ਹੱਥਾਂ ਪਾਈ ਕੀਤੀ, ਉਹਦੇ ਸੰਬੰਧਿਤ ਅਸੀਂ ਦਫ਼ਤਰ ਕੋਲੋਂ ਲੈਟਰ ਪੁਲਿਸ ਪ੍ਰਸ਼ਾਸਨ ਨੂੰ ਦੇਤਾ ਸੀਗਾ, ਪਰ ਹਾਲੇ ਤੱਕ ਪੁਲਿਸ ਪ੍ਰਸ਼ਾਸਨ ਦੀ ਉਹ ਬੰਦਿਆਂ ਦੀ ਗ੍ਰਿਫਤਾਰੀ ਨਹੀਂ ਕੀਤੀ ਜਿਹਦੇ ਰੋਸ ਵਜੋਂ ਸਾਡੇ ਮੁਲਾਜ਼ਮ ਇੱਥੇ ਧਰਨੇ 'ਤੇ ਬੈਠੇ ਆ। ਅਤੇ ਮੇਰੀ ਪੁਲਿਸ ਪ੍ਰਸ਼ਾਸਨ ਨੂੰ ਵੀ ਇਹ ਬੇਨਤੀ ਹੈ ਵੀ ਇਸ ਮਸਲੇ ਨੂੰ ਜਲਦੀ ਜਲਦੀ ਹੱਲ ਕਰਾਇਆ ਜਾਵੇ ਤਾਂ ਕਿ ਖਪਤਕਾਰਾਂ ਨੂੰ ਅਸੀਂ ਨਿਰਵਿਘਨ ਅੱਗੇ ਸਪਲਾਈ ਦਿੰਦੇ ਰਹੀਏ। ਬਈ ਰਾਣੀ ਬੈਠੀ ਸੀ, ਦੋ ਤਿੰਨ ਮੁਲਾਜ਼ਮ ਗਏ ਉੱਥੇ ਬਿਜਲੀ ਵਾਲੇ, ਇਹਨਾਂ ਨੇ ਜਾ ਕੇ ਉੱਥੇ ਉਹਦੇ ਨਾਲ ਹੱਥੋਪਾਈ ਕੀਤਾ, ਅਤੇ ਅਸੀਂ ਗਏ ਸਾਨੂੰ ਪਤਾ ਲੱਗਿਆ ਅਸੀਂ ਛੜਾਇਆ ਜਾ ਕੇ, ਅਤੇ ਹੋਰ ਇਹ ਜੋ ਵੀ ਕਹਿ ਰਹੇ ਵੀ ਸਾਡਾ ਕੋਈ ਮੋਬਾਈਲ ਖੋਹ ਲਿਆ, ਇਹਨਾਂ ਨੇ ਕੋਈ ਅਸੀਂ ਮੋਬਾਈਲ ਨਹੀਂ ਖੋਹਿਆ, ਕੋਈ ਇਹਨਾਂ ਨੇ ਕੁੱਟਮਾਰ ਨਹੀਂ ਕਰੀ, ਇਹ ਜੋ ਵੀ ਇਲਜ਼ਾਮ ਲਾ ਰਹੇ ਨੇ ਝੂਠੇ ਲਾ ਰਹੇ ਨੇ ਸਾਡੇ 'ਤੇ, ਕੋਈ ਐਸੀ ਵੈਸੀ ਗੱਲ ਨਹੀਂ। ਖੇਤ ਵਿੱਚ ਕੰਮ ਕਰ ਰਿਹਾ ਥਾ ਜੀ, ਉੱਧਰ ਆਇਆ ਮੁਲਾਜ਼ਮ ਦੋ ਤਿੰਨ, ਅਤੇ ਮੇਰਾ ਘਰ ਬਾਰ ਨਹੀਂ ਲਿਆ, ਕੁੱਟਣੇ ਲਗਾ ਫੜ ਕੇ, ਬੋਲਾ ਬਿਜਲੀ ਕਿਉਂ ਜੁੜ ਰਿਹਾ ਹੈ, ਅਤੇ ਬਿਜਲੀ ਤੋਂ ਮੀਟਰ 'ਤੇ ਲਗਾਇਆ ਥਾ, ਇਵੇਂ ਹੀ ਫੜ ਕੇ ਕੁੱਟਤਾ, ਹੱਲਾ ਕੀਤਾ, ਅਤੇ ਮੈਂ ਔਰ ਸਰਦਾਰ ਮੇਰਾ
ਅੱਜ ਕੰਪਲੇਂਟ ਆਈ ਸੀ ਬਿਜਲੀ ਬੋਰਡ ਮਹਿਕਮੇ ਵੱਲੋਂ ਵੀ ਸਾਡੇ ਕਰਮਚਾਰੀਆਂ ਨੇ ਜਿਹੜੇ ਲੁਹਾਰਖੇੜੇ ਜ਼ਿਮੀਂਦਾਰਾਂ ਨੇ ਕੋਈ ਹੱਥੋਂ ਪਾਈ ਵਗੈਰਾ ਕੀਤੇ ਜਾਂ ਮੋਬਾਈਲ ਵਗੈਰਾ ਖੋਏ ਹੈ। ਦੂਸਰੇ ਪਾਸੇ ਲੁਹਾਰਖੇੜੇ ਦੇ ਜਿਹੜੇ ਕਿਸਾਨ ਆ ਉਹਨਾਂ ਵੱਲੋਂ ਇੱਕ ਲੇਡੀ ਦਾ ਹੋਸਪਿਟਲ ਦਾਖਲ ਹੈ, ਜਿਸ ਸੰਬੰਧੀ ਅਸੀਂ ਦੋਨਾਂ ਧਿਰਾਂ ਨੂੰ ਥਾਣੇ ਵਿੱਚ ਬੁਲਾਇਆ ਹੋਇਆ। ਜੋ ਫੈਕਟ ਸਾਹਮਣੇ ਆਉਣਗੇ ਉਸ ਤੱਕ ਬਣਦੀ ਕਾਰਵਾਈ ਕੀਤੀ ਜਾਵੇ। ਥਾਣੇ ਬੁਲਾਏ ਹੋਏ ਆ, ਜੇ ਉਹਨਾਂ ਦੀ ਕਿਸ ਤਰ੍ਹਾਂ ਸਹਿਮਤੀ ਹੋਊਗੀ ਠੀਕ ਹੈ, ਨਹੀਂ ਜੋ ਇਸ ਜਿਹੜੀ ਜੁਰਮ ਬਣੂਗਾ ਬਣਦੀ ਕਾਰਵਾਈ ਕੀਤੀ ਜਾਵੇ।